PRTC पन बस पंजाब रोडवेज प्राइवेट भी टोटली 100% जी ट्रांसपोर्ट बंद है। ਕਿੰਨੀਆਂ ਕੋਈ ਬੱਸਾਂ ਜਿਹੜੀਆਂ ਬੰਦ ਕੀਤੀਆਂ ਗਈਆਂ ਨੇ, ਕੋਈ ਰੂਟ ਦੀਆਂ ਬੱਸਾਂ ਨੇ ਜਾਂ ਚੱਲਣਗੀਆਂ ਜਾਂ ਨਹੀਂ ਚੱਲਣਗੀਆਂ? ਅੱਜ ਪੂਰਨ ਤੌਰ ਤੇ ਲਗਭਗ 3000 ਬੱਸਾਂ ਦਾ ਜਿਹੜਾ ਚੱਕਾ ਜਾਮ ਹੈ ਜੀ। ਤੁਸੀਂ ਲੋਕਾਂ ਨੂੰ ਜਾਗਰੂਕ ਕਰਨ ਵਾਸਤੇ ਜਾ ਰਹੇ ਜਾਂ ਬੱਸਾਂ ਰੁਕਣ ਵਾਸਤੇ ਜਾ ਰਹੇ ਜਿਹੜੀਆਂ ਚੱਲ ਰਹੀਆਂ ਨੇ? ਜੇਕਰ ਕਿਸਾਨ ਜੂੰਦਾ ਤਾਂ ਅਸੀਂ ਜੂੰਦਾ, ਅੰਨਦਾਤਾ ਨੇ ਉਹ। ਅਮਰਜੀਤ, ਜਿਹੜੀ ਅੱਜ ਬੰਦ ਦੀ ਕਾਲ ਹੈਗੀ ਹੈ ਕਿਸਾਨ ਜਥੇਬੰਦੀਆਂ ਵੱਲੋਂ, ਇਹ ਪੂਰੇ ਭਾਰਤ ਬੰਦ ਦਾ ਸੱਦਾ ਹੈ। ਪ੍ਰਾਈਵੇਟ ਟਰਾਂਸਪੋਰਟਰ ਨੇ ਉਹਨਾਂ ਨੇ ਵੀ ਉਹਨਾਂ ਨੂੰ ਸਮਰਥਨ ਦਿੱਤਾ, ਜਾਂ ਕਈ ਮੁਲਾਜ਼ਮ ਜਥੇਬੰਦੀਆਂ ਹੈਗੀਆਂ ਟ੍ਰੇਡ ਯੂਨੀਅਨ ਸੰਬੰਧ, ਉਹਨਾਂ ਨੂੰ ਵੀ ਸਮਰਥਨ ਦਿੱਤਾ ਗਿਆ। ਸ਼ਹਿਰੀ ਇਲਾਕੇ ਹੈਗੇ ਨੇ, ਉੱਥੇ ਬਾਜ਼ਾਰ ਖੁੱਲ੍ਹੇ ਨੇ, ਤਾਂ ਇੱਕ ਦਿਨ ਦਾ ਪੇਪਰ ਕੈਂਸਲ ਹੋ ਸਕਦਾ ਸੀਗਾ, ਕੋਈ ਵੱਡੀ ਗੱਲ ਨਹੀਂ ਸਰਕਾਰਾਂ ਲਈ। ਹੁਣ ਕਈ ਵਾਰ ਜ਼ਿਆਦਾ ਗਰਮੀ ਹੁੰਦੀ ਹੈ, ਜ਼ਿਆਦਾ ਸਰਦੀ ਹੁੰਦੀ ਹੈ, ਆਪਾਂ 10-10 ਦਿਨ ਦੀਆਂ 5-5 ਦੀਆਂ ਛੁੱਟੀਆਂ ਵੀ ਕਰ ਦਿੰਦੇ ਹਾਂ। ਇਸ ਪੇਪਰ ਨੂੰ ਕੱਲ੍ਹ ਵੀ ਲਿਆ ਜਾ ਸਕਦਾ ਸੀਗਾ ਜਾਂ ਐਂਡ 'ਤੇ ਲਿਆ ਜਾ ਸਕਦਾ ਸੀਗਾ, ਠੀਕ ਹੈ। ਬੱਚਿਆਂ ਨੂੰ ਬੜੀ ਦਿੱਕਤ ਦਾ ਸਾਹਮਣਾ ਕਰਨਾ ਪਿਆ, ਆ ਤਾਂ ਗਏ ਹੁਣ ਉਹਨੇ ਵਾਪਸ ਵੀ ਜਾਣਾ, ਕਿ ਪੂਰਾ ਭਾਰਤ ਬੰਦ ਹੈ। ਹਰ ਇੱਕ ਯੂਨੀਅਨ ਨੇ ਉਹਨਾਂ ਨੂੰ ਸਮਰਥਨ ਦੇ ਤਾ। ਕਿਸਾਨ ਆਪਣੀ ਹੱਕੀ ਮੰਗਾਂ ਨੂੰ ਲੈ ਕੇ ਲਗਾਤਾਰ ਜਿਹੜਾ ਰੋਸ ਪ੍ਰਦਰਸ਼ਨ ਆ ਉਹ ਲਗਾਤਾਰ ਕਰ ਰਹੇ ਨੇ। ਜੇਕਰ ਸ਼ੰਭੂ ਬੈਰੀਗੇਡ ਦੀ ਗੱਲ ਕੀਤੀ ਜਾਵੇ ਤਾਂ ਉੱਥੇ ਵੀ ਜਿਹੜੇ ਕਿਸਾਨ ਨੇ ਲਗਾਤਾਰ ਡਟੇ ਹੋਏ ਨੇ। ਜੇ ਖਨੌਰੀ ਬਾਰਡਰ ਦੀ ਗੱਲ ਕੀਤੀ ਜਾਵੇ ਤਾਂ ਉੱਥੇ ਵੀ ਕਿਸਾਨ ਜਿਹੜੇ ਨੇ ਲਗਾਤਾਰ ਡਟੇ ਹੋਏ ਨੇ, ਕਿਉਂਕਿ ਲਗਾਤਾਰ ਜਿਹੜੀ ਆ ਕਿਸਾਨਾਂ ਦੀਆਂ ਮੀਟਿੰਗਾਂ ਉਹ ਕੇਂਦਰ ਸਰਕਾਰ ਅਤੇ ਪੰਜਾਬ ਸਰਕਾਰ ਦੇ ਨਾਲ ਜਿਹੜਾ ਆਪਸੀ ਤਾਲਮੇਲ ਦੀ ਚੱਲ ਰਹੀ ਹੈ, ਪਰ ਸਹਿਮਤੀ ਜਿਹੜੀ ਆ ਉਹ ਨਹੀਂ ਬਣ ਸਕੀ, ਕਿਉਂਕਿ ਐਤਵਾਰ ਦਾ ਸਮਾਂ ਜਿਹੜਾ ਦਿੱਤਾ ਗਿਆ ਜਿਹਦੇ ਵਿੱਚ ਮੀਟਿੰਗ ਹੋਊਗੀ, ਉਸ ਤੋਂ ਬਾਅਦ ਜਿਹੜਾ ਫੈਸਲਾ ਕੋਈ ਲਿਆ ਜਾਵੇਗਾ। ਅੱਜ ਪੂਰੇ ਭਾਰਤ ਦੀ ਗੱਲ ਕੀਤੀ ਜਾਵੇ ਤਾਂ ਭਾਰਤ ਬੰਦ ਦੀ ਕੋਲ ਸੀ ਕਿਸਾਨਾਂ ਵੱਲੋਂ, ਤਾਂ ਉਸਦਾ ਸਮਰਥਨ ਜਿਹੜਾ ਉਹ ਦੇਖਦਾ ਦਿਖਾਈ ਦੇ ਰਿਹਾ। ਅਸੀਂ ਪਟਿਆਲਾ ਬੱਸ ਸਟੈਂਡ ਵਿਖੇ ਖੜ੍ਹੇ ਹਾਂ, ਜਿੱਥੇ ਕਿ ਅੱਜ ਪੂਰਾ ਜਿਹੜਾ ਬੱਸ ਸਟੈਂਡ ਆ ਉਹ ਬੰਦ ਹੈ। ਜੇਕਰ ਸਰਕਾਰੀ ਬੱਸਾਂ ਦੀ ਗੱਲ ਕੀਤੀ ਜਾਵੇ ਤਾਂ ਜਿਹੜਾ ਪ੍ਰਾਈਵੇਟ ਬੱਸਾਂ ਦੀ ਗੱਲ ਕੀਤੀ ਜਾਵੇ ਉਹਨਾਂ ਵੱਲੋਂ ਵੀ ਜਿਹੜਾ ਸਮਰਥਨ ਆ ਉਹ ਦਿੱਤਾ ਜਾ ਰਿਹਾ। ਤੁਸੀਂ ਦੇਖ ਸਕਦੇ ਹੋ ਇਹ ਬੱਸ ਸਟੈਂਡ ਦੇ ਵਿੱਚ ਜਿਹੜਾ ਸਨਾਟਾ ਉਹ ਬਿਲਕੁਲ ਛਾਇਆ ਹੋਇਆ ਹੈ। ਤੁਹਾਨੂੰ ਤਸਵੀਰ ਅਸੀਂ ਦਿਖਾ ਦਈਏ, ਕਿਉਂਕਿ ਇਹ ਉਹੀ ਬੱਸ ਸਟੈਂਡ ਹੈ ਜਿੱਥੇ ਕਿ ਰੋਜ਼ ਜਿਹੜੀ ਚਹਿਲ ਪੈ ਰਹਿੰਦੀ ਆ, ਜਿਹੜੇ ਲੋਕ ਨੇ ਉਹ ਇੱਕ ਥਾਂ ਤੋਂ ਦੂਜੀ ਥਾਂ ਤੱਕ ਜਿਹੜੇ ਸਫ਼ਰ ਨੇ ਉਹ ਕਰਦੇ ਨੇ, ਪਰ ਅੱਜ ਜਿਹੜੇ ਨੇ ਉਹ ਸਫ਼ਰ ਆ ਉਹ ਨਹੀਂ ਕਰ ਸਕਣਗੇ, ਕਿਉਂਕਿ ਜਿਹੜੀਆਂ ਕਿਸਾਨ ਦੀਆਂ ਮੰਗਾਂ ਨੇ ਜੋ ਲਟਕਦੀਆਂ ਮੰਗਾਂ ਲਗਾਤਾਰ ਜਿਹੜੇ ਕਿਸਾਨ ਨੇ ਉਹ ਮਨਵਾਉਣ ਦੀ ਕੋਸ਼ਿਸ਼ ਕਰ ਰਹੇ ਨੇ। ਤਾਂ ਬੇਸ਼ੱਕ ਜੇਕਰ ਗੱਲ ਕੀਤੀ ਜਾਵੇ ਉਹਦੀ, ਹੁਣ ਆ ਕੇ ਬਾਈ ਇੱਕ ਕਿਸਾਨ ਦੀ ਜਿਹੜੀ ਮੌਤ ਆ ਉਹ ਸ਼ੰਭੂ ਜਿਹੜਾ ਜਿੱਥੇ ਧਰਨਾ ਲੱਗਿਆ ਹੋਇਆ, ਸ਼ੰਭੂ ਬੈਰੀਗੇਟ ਦੇ ਉੱਪਰ ਧਰਨਾ ਲੱਗਿਆ ਹੈ, ਤਾਂ ਉੱਥੇ ਮੌਤ ਹੋ ਚੁੱਕੀ ਹੈ। ਤਾਂ ਕਿਤੇ ਨਾ ਕਿਤੇ ਆਪਾਂ ਕਹਿ ਸਕਦੇ ਹਾਂ ਜਿਹੜੇ ਨੇ ਲੋਕ ਨੇ ਇੱਥੇ ਜਿਹੜਾ ਸਮਰਥਨ ਦੇ ਰਹੇ ਨੇ ਤਾਂ ਉਹ ਵੀ ਇੱਥੇ ਪਹੁੰਚੇ ਨੇ। ਸੋ ਅਸੀਂ ਗੱਲਬਾਤ ਵੀ ਕਰਾਂਗੇ ਜਿਨ੍ਹਾਂ ਵੱਲੋਂ ਜਿਹੜਾ ਸਮਰਥਨ ਦਿੱਤਾ ਗਿਆ, ਜਿਹੜਾ ਪੂਰੇ ਭਾਰਤ ਬੰਦ ਦੀ ਕੋਲ ਹੈ ਉਸ ਨੂੰ ਲੈ ਕੇ। ਬਾਈ ਜੀ ਤਸਵੀਰ ਤੁਹਾਨੂੰ ਦਿਖਾ ਦਈਏ, ਜਿਹੜਾ PRTC ਗੱਲ ਕੀਤੀ ਜਾਵੇ ਜਾਂ ਪ੍ਰਾਈਵੇਟ ਦੀ ਗੱਲ ਕੀਤੀ ਜਾਵੇ ਉਹਨਾਂ ਵੱਲੋਂ ਵੀ ਸਮਰਥਨ ਜਿਹੜਾ ਦਿੱਤਾ ਜਾ ਰਿਹਾ। ਬਾਈ ਜੀ ਕਿੱਦਾਂ ਸਮਰਥਨ ਦਿੱਤਾ ਜਾ ਰਿਹਾ, ਅੱਜ ਕਿਹੜੇ ਕਿਹੜੇ ਰੂਟ ਦੀਆਂ ਬੱਸਾਂ ਬੰਦ ਆ ਕੇ ਪ੍ਰੋਪਰਲੀ ਤਰੀਕੇ ਸਾਰੀਆਂ ਪ੍ਰੋਪਰ ਜੀ? ਸਾਰਾ ਆਲਰੇਡੀ ਪੰਜਾਬ PRTC ਪਨ ਬੱਸ ਪੰਜਾਬ ਰੋਡਵੇਜ ਪ੍ਰਾਈਵੇਟ ਵੀ ਟੋਟਲੀ 100% ਜਿਹੜੀ ਟਰਾਂਸਪੋਰਟ ਬੰਦ ਆ ਜੀ। ਇਹ ਪੂਰਾ ਸਮਰਥਨ ਦੇ ਵਿੱਚ ਜਿਹੜਾ ਕੇਂਦਰ ਸਰਕਾਰ ਜਿਹੜੇ ਮਾਰੂ ਕਾਨੂੰਨ ਮਜ਼ਦੂਰ ਮਾਰੂ ਨੀਤੀਆਂ ਲੈ ਕੇ ਆ ਰਹੀ ਹੈ, ਇੱਕ ਨਵੇਂ ਕਾਨੂੰਨ ਜਿਹੜੇ ਹਿੱਟ ਐਂਡ ਰਨ ਦੇ ਜਾਂ ਕਿਸਾਨਾਂ ਦੇ ਜੋ ਵੀ ਮੰਗਾਂ ਨੂੰ ਲੈ ਕੇ ਆ ਉਹਨਾਂ ਦੇ ਸੰਬੰਧ ਦੇ ਵਿੱਚ ਜਿਹੜਾ ਅਸੀਂ ਪੂਰਾ ਸਮਰਥਨ ਅੱਜ 100% ਸਮਰਥਨ ਸਾਰੀਆਂ ਜਥੇਬੰਦੀ ਵੱਲੋਂ ਦਿੱਤਾ ਜਾ ਰਿਹਾ ਹੈ। ਪੂਰੇ ਦਿਨ ਜਿਹੜਾ ਬੱਸ ਬੰਦਾ ਬੰਦ ਰਹਿਣਗੇ ਜਾਂ ਕੁਝ ਘੰਟੇ ਦੇ ਲਈ ਦਿੱਤਾ ਗਿਆ? ਨਹੀਂ ਜੀ, ਇਹ ਪੂਰੇ ਦਿਨ ਲਈ ਬੰਦ ਹੈ ਜੀ, ਸਾਰਾ 24 ਘੰਟੇ ਬੰਦ ਹੈ। ਬਾਈ ਜੀ ਕਿੱਦਾਂ ਲੱਗ ਰਿਹਾ, ਕਿਉਂਕਿ ਜਿਸ ਤਰ੍ਹਾਂ ਕਿਸਾਨ ਲੰਬੇ ਸਮੇਂ ਤੋਂ ਜਿਹੜਾ ਧਰਨਾ 'ਤੇ ਬੈਠੇ ਨੇ, ਮੰਗਾਂ ਨੂੰ ਮਨਵਾਉਣ ਦੀ ਕੋਸ਼ਿਸ਼ ਕਰ ਰਹੇ ਨੇ, ਪਰ ਤੁਹਾਡੇ ਵੱਲੋਂ ਵੀ ਸਮਰਥਨ ਦਿੱਤਾ ਗਿਆ, ਕਿੰਨੀਆਂ ਕੋਈ ਬੱਸਾਂ ਜਿਹੜੀਆਂ ਬੰਦ ਕੀਤੀਆਂ ਗਈਆਂ ਨੇ, ਕੋਈ ਰੂਟ ਦੀਆਂ ਬੱਸਾਂ ਨੇ ਜਾਂ ਚੱਲਣਗੀਆਂ ਜਾਂ ਨਹੀਂ ਚੱਲਣਗੀਆਂ? ਦੇਖੋ ਜੀ, ਅੱਜ ਦੇਸ਼ ਵਿਆਪੀ ਹੜਤਾਲ ਹੈਗੀ, ਪੂਰਾ ਭਾਰਤ ਬੰਦ ਹੈ, ਜਿਹਦੇ ਵਿੱਚ ਟਰਾਂਸਪੋਰਟ ਅਦਾਰੇ ਦੇ ਜਿੰਨੇ ਵੀ ਪੰਜਾਬ ਰੋਡਵੇਜ਼ ਅਤੇ PRTC ਦੇ ਕੱਚੇ ਕਾਮੇ ਨੇ ਉਹ ਵੱਡੀ ਗਿਣਤੀ ਦੇ ਵਿੱਚ ਸ਼ਮੂਲੀਅਤ ਕਰ ਰਹੇ ਨੇ। ਅੱਜ ਪੂਰਨ ਤੌਰ 'ਤੇ ਲਗਭਗ 3000 ਬੱਸਾਂ ਦਾ ਜਿਹੜਾ ਚੱਕਾ ਜਾਮ ਹੈ ਜੀ, ਅਤੇ ਸਵੇਰ ਤੋਂ ਪਹਿਲੇ ਟਾਈਮ ਤੋਂ ਲੈ ਕੇ ਸ਼ਾਮ ਦੇ ਲਾਸਟ ਟਾਈਮ ਤੱਕ ਜਿਹੜਾ ਸਾਡਾ ਚੱਕਾ ਜਾਮ ਰਹੂਗਾ ਜੀ। ਬਾਈ ਜੀ ਰੈਲੀ ਕੱਢੀ ਜਾ ਰਹੀ ਹੈ, ਕਿੱਥੇ ਜਾ ਰਹੇ ਹੋ ਅਤੇ ਕਿਵੇਂ ਲੋਕਾਂ ਨੂੰ ਜਾਗਰੂਕ ਕਰ ਰਹੇ ਹੋ? ਕਿ ਤੁਸੀਂ ਲੋਕਾਂ ਨੂੰ ਜਾਗਰੂਕ ਕਰਨ ਵਾਸਤੇ ਜਾ ਰਹੇ ਜਾਂ ਬੱਸਾਂ ਰੁਕਣ ਵਾਸਤੇ ਜਾ ਰਹੇ ਜਿਹੜੀਆਂ ਚੱਲ ਰਹੀਆਂ ਨੇ? ਬਿਲਕੁਲ ਜੀ, ਅਸੀਂ ਡੀਪੂ 'ਚੋਂ ਚੱਲੇ ਸੀ ਸਾਡੇ ਤੋਂ, ਅਤੇ ਅਸੀਂ ਬੱਸ ਸਟੈਂਡ ਤੱਕ ਮਾਰਚ ਕਰਕੇ ਆਏਗੇ। ਅਸੀਂ ਲੋਕਾਂ ਨੂੰ ਜਾਗਰਤ ਕਰਦੇ ਕਰਾਉਂਦੇ ਹਾਂ ਵੀ ਜਿਹੜੀਆਂ ਕਿਸਾਨ ਜਥੇਬੰਦੀਆਂ ਲੜ ਰਹੀਆਂ ਨੇ, ਜੋ ਸੈਂਟਰ ਸਰਕਾਰ ਹੈ ਇਹ ਸਮੇਂ ਸਿਰ ਮਾੜੇ ਕਾਨੂੰਨ ਲੈ ਕੇ ਆਈ ਹੈ, ਜਿਵੇਂ ਪਿਛਲੇ ਸਮੇਂ 'ਚ ਵੀ ਖੇਤੀ ਕਾਲੇ ਕਾਨੂੰਨ ਲੈ ਕੇ ਆਈ ਸੀ, ਇਸ ਵਾਰ ਫਿਰ ਇਹਨਾਂ ਨੇ ਕਿਸਾਨਾਂ ਨਾਲ ਵਿਵਾਦ ਕੀਤਾ। ਜਿਵੇਂ ਸਾਡੇ ਕਿਸਾਨ ਜਥੇਬੰਦੀਆਂ ਬਾਰਡਰਾਂ 'ਤੇ ਨੇ, ਉਹਨਾਂ ਵੱਲੋਂ ਜਬਰ ਜ਼ੁਲਮ ਕਰਿਆ ਜਾ ਰਿਹਾ, ਜਿਸ ਦੀ ਸਪੋਰਟ ਦੇ ਵਿੱਚ ਸਾਡੀ ਟਰਾਂਸਪੋਰਟ ਦਾ ਅੱਜ 100% ਚੱਕਾ ਜਾਮ ਹੈ ਜੀ। ਅਤੇ ਅਸੀਂ ਲੋਕਾਂ ਨੂੰ ਜਾਗਰਤ ਕਰਾਉਂਦੇ ਹਾਂ ਵੀ
ਆਪਾਂ ਸਾਰੇ ਸਾਥੀ ਡਟ ਕੇ ਚਾਹੇ ਵੱਖ-ਵੱਖ ਅਦਾਰਿਆਂ ਦੇ ਆ ਚਾਹੇ ਦੇਸ਼ ਦੇ ਨਾਗਰਿਕਾਂ ਪੰਜਾਬ ਦੇ ਨਾਗਰਿਕਾਂ ਸਾਰਿਆਂ ਦਾ ਫਰਜ਼ ਬਣਦਾ ਵੀ ਆਪਾਂ ਕਿਸਾਨ ਜਿਹੜੇ ਅੰਨਦਾਤੇ ਨੇ ਉਹਨਾਂ ਦਾ ਸਾਥ ਦੀਏ। ਬਈ ਸਾਥ ਦੀ ਗੱਲ ਕੀਤੀ ਹੈ ਕਿਉਂਕਿ ਪੀਆਰਟੀਸੀ ਵਾਲੇ ਤੇ ਆਮ ਲੋਕ ਬੜੇ ਪਰੇਸ਼ਾਨ ਹੋਣੇ ਕਿ ਪਹਿਲਾਂ ਲੋਕਾਂ ਨੂੰ ਦੱਸਤਾ ਗਿਆ ਸੀ ਜਾਂ ਇਹ ਲੋਕ ਵਾਪਸ ਗਏ ਨੇ ਉਰੇ ਕਿ ਪਹਿਲਾਂ ਕੋਈ ਕੋਲ ਦਿੱਤੀ ਗਈ ਸੀ ਬੰਦ ਦੀ। ਹਾਂਜੀ ਹਾਂਜੀ ਬਿਲਕੁਲ, ਅਸੀਂ ਕਾਫੀ ਟਾਈਮ ਪਹਿਲਾਂ ਇਹ ਜਿਹੜੀ ਕੋਲ ਦਿੱਤੀ ਸੀਗੀ ਅਸੀਂ ਸਮਰਥਨ ਕੀਤਾ ਸੀਗਾ ਇਹਦਾ ਦੇਸ਼ ਵਿਆਪੀ ਹੜਤਾਲ ਦਾ। ਲਗਭਗ ਇੱਕ ਮਹੀਨੇ ਤੋਂ ਪਹਿਲਾਂ ਦਾ ਸਾਡਾ ਜਿਹੜਾ ਮੀਟਿੰਗਾਂ ਵਗੈਰਾ ਜਿਹੜੀਆਂ ਟ੍ਰੇਡ ਜਥੇਬੰਦੀਆਂ ਜਾਂ ਕਿਸਾਨ ਜਥੇਬੰਦੀਆਂ ਉਹਨਾਂ ਨਾਲ ਹੋ ਰਹੀਆਂ ਨੇਗੀਆਂ ਅਤੇ ਅਸੀਂ ਲਗਭਗ ਇੱਕ ਮਹੀਨੇ ਤੋਂ ਹੀ ਜਿਹੜੀ ਦੀ ਬੰਦ ਦੀ ਕੋਲ ਦਿੱਤੀ ਹੋਈ ਹੈ। ਕਿਸ ਤਰ੍ਹਾਂ ਦੇਖਦੇ ਕਿਉਂਕਿ ਕਿਸਾਨ ਜਿਹੜੇ ਨੇ ਉਹ ਧਰਨਿਆਂ 'ਤੇ ਬੈਠੇ ਨੇ ਲਗਾਤਾਰ, ਮੀਟਿੰਗਾਂ ਦਾ ਦੌਰ ਜਿਹੜਾ ਲਗਾਤਾਰ ਚੱਲ ਰਿਹਾ, ਐਤਵਾਰ ਦਾ ਸਮਾਂ ਜਿਹੜਾ ਮੁੜ ਦਿੱਤਾ ਗਿਆ, ਕੀ ਤੁਹਾਨੂੰ ਲੱਗਦਾ ਵੀ ਮੰਗਾਂ ਪ੍ਰਵਾਨ ਹੋਣਗੀਆਂ ਐਤਵਾਰ ਤੱਕ ਕੋਈ? ਦੇਖੋ ਜੀ, ਅਸੀਂ ਤਾਂ ਸੈਂਟਰ ਸਰਕਾਰ ਨੂੰ ਵੀ ਅਤੇ ਪੰਜਾਬ ਸਰਕਾਰ ਨੂੰ ਦੋਨਾਂ ਸਰਕਾਰਾਂ ਨੂੰ ਅਪੀਲ ਕਰਦੇ ਹਾਂ ਵੀ ਜਿਹੜੀਆਂ ਮੰਗਾਂ ਨੇ ਉਹ ਬਿਲਕੁਲ ਜਾਇਜ਼ ਨੇਗੀਆਂ, ਜਿਵੇਂ ਕਿ MSP ਜਾਂ ਹੋਰ ਸਾਡੀਆਂ ਵੀ ਜਿਵੇਂ ਹਿੱਟ ਐਂਡ ਰਨ ਕਾਨੂੰਨ ਲੈ ਕੇ ਆਏ ਸੀਗੇ ਜਾਂ ਹੋਰ ਸਾਡੀਆਂ ਮੰਗਾਂ ਨੇਗੀਆਂ ਉਹਨਾਂ ਨੂੰ ਵੀ, ਅਤੇ ਜਿਹੜੀਆਂ ਕਿਸਾਨਾਂ ਦੀਆਂ ਮੰਗਾਂ ਨੇ ਉਹਨਾਂ ਦੇ ਮਜ਼ਦੂਰਾਂ ਦੀਆਂ ਮੰਗਾਂ ਨੇ ਉਹਨਾਂ ਨੂੰ ਵੀ। ਬਈ ਲੋਕ ਸੋਚ ਰਹੇ ਹੋਣਗੇ ਬਾਈ ਕੀ ਨਵਾਂ PRTC ਕਿਉਂ ਬੰਦ ਕੀਤੀ ਹੈ, ਪਰ ਧਰਨਾ ਕਿਸਾਨਾਂ ਦਾ ਅਤੇ ਲੋਕਾਂ ਨੂੰ ਖਾਸ ਤੌਰ 'ਤੇ ਕਿਉਂ, ਕੀ ਸਮਝਣਾ ਚਾਹੁੰਦੇ ਹੋ, ਕੀ ਕਹਿਣਾ ਚਾਹੁੰਦੇ ਹੋ ਕਿ PRTC ਅਦਾਰਾ ਕਿਉਂ ਬੰਦ ਕੀਤਾ ਗਿਆ? ਬਾਈ ਜੀ, ਮੈਂ ਤੁਹਾਡੇ ਦੀ ਪੁੱਛਣਾ ਚਾਹੁੰਦਾ ਕਿ ਤੁਸੀਂ ਕਿਸਾਨਾਂ ਦਾ ਸਮਰਥਨ ਨਹੀਂ ਕਰਦੇ? ਇਸੇ ਤਰ੍ਹਾਂ ਅਸੀਂ ਵੀ ਕਿਸਾਨਾਂ ਦੀ ਬੱਚੇ ਹਾਂ, ਅਸੀਂ ਪਿੰਡਾਂ ਦੇ ਰਹਿਣ ਵਾਲੇ ਹਾਂ। ਜੇਕਰ ਕਿਸਾਨ ਜਿਉਂਦਾ ਤਾਂ ਅਸੀਂ ਜਿਉਂਦਾ, ਅੰਨਦਾਤਾ ਨੇ ਉਹ, ਉਹਨਾਂ ਨੂੰ ਅੰਨਦਾਤਾ ਕਿਹਾ ਜਾਂਦਾ, ਅਸੀਂ ਉਹਨਾਂ ਦਾ ਸਮਰਥਨ ਕਰਦੇ ਹਾਂ। ਜੇ ਲੋੜ ਪਈ ਅਸੀਂ ਨੌਕਰੀਆਂ ਤੋਂ ਉੱਪਰ ਹੋ ਕੇ ਵੀ ਉਹਨਾਂ ਦੀ ਸਪੋਰਟ ਕਰਾਂਗੇ। ਸੋ ਬਿਲਕੁਲ ਜਿਸ ਤਰ੍ਹਾਂ ਇਹਨਾਂ ਨੇ ਗੱਲ ਕੀਤੀ ਹੈ ਕਿ ਜਿਹੜਾ PRTC ਗੱਲ ਕੀਤੀ ਆਵੇ ਜਾਂ ਪ੍ਰਾਈਵੇਟ ਬੱਸਾਂ ਦੀ ਗੱਲ ਕੀਤੀ ਆਵੇ, ਉਹਨਾਂ ਵੱਲੋਂ ਵੀ ਜਿਹੜਾ ਸਮਰਥਨ ਆ ਦਿੱਤਾ ਗਿਆ। ਸੋ ਤੁਹਾਨੂੰ ਤਸਵੀਰ ਦਿਖਾ ਦਈਏ, ਇਹ ਸਾਰੇ ਜਿਹੜੇ ਨੇ ਡਰਾਈਵਰ ਅਤੇ ਕਨੈਕਟਰ ਜਿਹੜੇ ਨੇ ਉਹ ਇੱਥੇ ਮੌਜੂਦ ਨੇ, ਜਿਹੜੇ ਕਿ ਵੱਖ ਵੱਖ ਥਾਵਾਂ ਦੇ ਉੱਪਰ ਲੋਕਾਂ ਨੂੰ ਜਿਹੜਾ ਲੈ ਕੇ ਜਾਂਦੇ ਨੇ, ਯਾਨੀ ਕਿ ਸਫ਼ਰ ਕਰਵਾਉਂਦੇ ਨੇ, ਤਾਂ ਇਹਨਾਂ ਵੱਲੋਂ ਵੀ ਜਿਹੜਾ ਸਮਰਥਨ ਆ ਉਹ ਦਿੱਤਾ ਜਾ ਰਿਹਾ। ਤਾਂ ਦੂਜੀ ਤੁਹਾਨੂੰ ਤਸਵੀਰ ਦਿਖਾ ਦਈਏ, ਅੱਜ ਜਿਹੜਾ ਮਾਰਚ ਕੱਢ ਕੇ ਤਾਂ ਲੋਕਾਂ ਨੂੰ ਜਿਹੜਾ ਜਾਗਰੂਕ ਕੀਤਾ ਜਾ ਰਿਹਾ ਕਿ ਕਿਸਾਨਾਂ ਦਾ ਜਿਹੜਾ ਸਮਰਥਨ ਦਿੱਤਾ ਜਾਵੇ, ਤਾਂ ਜੋ ਕਿ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੇ ਕਿਸਾਨਾਂ ਦੀਆਂ ਮੰਗਾਂ ਨੇ ਉਹਨਾਂ ਨੂੰ ਜਿਹੜਾ ਖਾਸ ਤੌਰ 'ਤੇ ਮੰਨਿਆ ਜਾਵੇ। ਸੋ ਨਾਰੇਬਾਜ਼ੀ ਜਿਹੜੀ ਆ ਉਹ ਕੀਤੀ ਜਾ ਰਹੀ ਹੈ। ਤੁਹਾਨੂੰ ਤਸਵੀਰ ਦਿਖਾ ਦਈਏ, ਬੱਸਾਂ ਜਿਹੜੀਆਂ ਨੇ ਉਹ ਬਿਲਕੁਲ ਬੰਦ ਕਰ ਦਿੱਤੀਆਂ ਗਈਆਂ ਨੇ, ਕਿਉਂਕਿ ਜੇਕਰ ਪੰਜਾਬ ਰੋਡਵੇਜ਼ ਪਨ ਬੱਸ PRTC ਕੰਟੈਕਟ ਵਰਕਰ ਯੂਨੀਅਨ ਦੀ ਗੱਲ ਕੀਤੀ ਜਾਵੇ ਜਾਂ ਫਿਰ ਸਰਕਾਰੀ ਜਿਹੜੇ ਅਦਾਰੇ ਕਰਮਚਾਰੀ ਨੇ ਉਹਨਾਂ ਵੱਲੋਂ ਵੀ ਜਿਹੜਾ ਸਮਰਥਨ ਉਹ ਦਿੱਤਾ ਜਾ ਰਿਹਾ। ਸੋ ਬੱਸਾਂ ਜਿਹੜੀਆਂ ਨੇ ਇੱਥੇ ਬਿਲਕੁਲ ਬੰਦ ਖੜੀਆਂ ਨੇ, ਕਿਉਂਕਿ ਜੇਕਰ ਅੱਜ ਦੀ ਗੱਲ ਕੀਤੀ ਜਾਵੇ, ਕਿਉਂਕਿ ਲਗਾਤਾਰ ਜਿਹੜੇ ਨੇ ਉਹ PRTC ਦੇ ਜਿਹੜੇ ਮੁਲਾਜ਼ਮ ਨੇ ਉਹ ਵੀ ਜਿਹੜਾ ਸਮਰਥਨ ਦੇ ਰਹੇ ਨੇ, ਕਿਉਂਕਿ ਉਹਨਾਂ ਦਾ ਕਹਿਣਾ ਕਿ ਅਸੀਂ ਵੀ ਜਿਹੜਾ ਕਿਸਾਨ ਦੇ ਪੁੱਤਾਂ ਅਤੇ ਸਾਡਾ ਵੀ ਜਿਹੜਾ ਫਰਜ਼ ਬਣਦਾ ਕਿ ਅਸੀਂ ਕਿਸਾਨਾਂ ਦੇ ਨਾਲ ਜਿਹੜਾ ਡੱਟ ਕੇ ਉਹ ਸਾਥ ਦਈਏ। ਸੋ ਤਸਵੀਰ ਅਸੀਂ ਤੁਹਾਨੂੰ ਦਿਖਾ ਦਈਏ, ਪ੍ਰਾਈਵੇਟ ਜਿਹੜੀਆਂ ਬੱਸਾਂ ਨੇ ਉਹ ਵੀ ਬੰਦ ਕਰ ਦਿੱਤੀਆਂ ਗਈਆਂ ਨੇ, ਕਿਉਂਕਿ ਪ੍ਰਾਈਵੇਟ ਜਿਹੜੀਆਂ ਬੱਸਾਂ ਨੇ ਉਹ ਵੀ ਜਿਹੜੀਆਂ ਸਮਰਥਨ ਦੇ ਰਹੀਆਂ ਨੇ। ਤੁਸੀਂ ਦੇਖ ਸਕਦੇ ਹੋ ਇਹੀ ਉਹ ਬੱਸ ਸਟੈਂਡ ਹੈ ਜਿੱਥੇ ਕਿ ਹਰ ਰੋਜ਼ ਜਿਹੜੀ ਹੈ ਜੇ ਕਹਿ ਸਕਦੇ ਹਾਂ ਹਜ਼ਾਰਾਂ ਦੀ ਤਾਦਾਦ ਦੇ ਵਿੱਚ ਜਿਹੜੀ ਸੰਗਤ ਆ ਉੱਥੇ, ਜਾਣੀ ਕਿ ਜਿਹੜੇ ਲੋਕ ਨੇ ਉਹ ਇੱਕ ਥਾਂ ਤੋਂ ਦੂਜੀ ਥਾਂ ਜਿਹੜੇ ਸਫ਼ਰ ਕਰਦੇ ਨੇ, ਤਾਂ ਅੱਜ ਜਿਹੜਾ ਸਫ਼ਰ ਨਹੀਂ ਕਰ ਸਕਣਗੇ। ਅਸੀਂ ਵੀ ਚੜ੍ਹਦੀ ਕਲਾ TV ਦੇ ਮਾਧਿਅਮ ਦੇ ਰਾਹੀਂ ਲੋਕਾਂ ਨੂੰ ਇਹੀ ਅਪੀਲ ਕਰਨਾ ਚਾਹੁੰਦੇ ਹਾਂ ਕਿ ਲੋਕ ਜਿਹੜੇ ਨੇ ਘਰ ਤੋਂ ਬਾਹਰ ਨਾ ਨਿਕਲਣ, ਕਿਉਂਕਿ ਅੱਜ ਤੁਹਾਨੂੰ ਜਿਹੜਾ ਬੱਸਾਂ 'ਤੇ ਸਫ਼ਰ ਜਿਹੜਾ ਨਹੀਂ ਕਰਨਾ ਪੈ ਸਕਦਾ, ਕਿਉਂਕਿ ਬੱਸਾਂ ਜਿਹੜੀਆਂ ਨੇ ਉਹ ਨਹੀਂ ਚੱਲ ਰਹੀਆਂ। ਸੋ ਅਸੀਂ ਗੱਲਬਾਤ ਵੀ ਕਰਾਂਗੇ ਕਿਉਂਕਿ ਕੀ ਹਾਲਾਤ ਨੇ ਪੂਰੇ ਪੰਜਾਬ ਦੇ, ਉਸ 'ਤੇ ਮੇਰੀ ਚਰਚਾ ਕਰਾਂਗੇ ਕਿਉਂਕਿ ਖਾਸ ਤੌਰ 'ਤੇ ਅੱਜ ਦੀ ਸਥਿਤੀ ਕੀ ਹੈ। ਸੋ ਬਿਲਕੁਲ ਰਮਾਣਾ ਜੀ, ਕੀ ਸਥਿਤੀ ਹੈ, ਕਿਉਂਕਿ ਅੱਜ ਪੂਰਾ ਭਾਰਤ ਬੰਦ ਜਿਹੜੀ ਕੋਲ ਦਿੱਤੀ ਗਈ ਸੀ, ਕਿੱਦਾਂ ਹੁੰਗਾਰਾ ਦੇਖਣ ਨੂੰ ਮਿਲ ਰਿਹਾ, ਕੀ ਸਥਿਤੀ ਕੀ ਹੈ ਹੁਣ? ਅਮਰਜੀਤ, ਜਿਹੜੀ ਅੱਜ ਬੰਦ ਦੀ ਕੌਲ ਹੈਗੀ ਹੈ ਕਿਸਾਨ ਜਥੇਬੰਦੀਆਂ ਵੱਲੋਂ, ਇਹ ਪੂਰੇ ਭਾਰਤ ਬੰਦ ਦਾ ਸੱਦਾ ਹੈਗਾ। ਭਾਰਤ ਬੰਦ ਸੱਦੇ ਦੇ ਨਾਲ ਨਾਲ ਜਿਹੜੀਆਂ ਕਿਸਾਨ ਜਥੇਬੰਦੀਆਂ ਦੇ ਉਹਨਾਂ ਨੂੰ, ਹੁਣ ਆਪਾਂ ਬੱਸ ਸਟੈਂਡ ਪਟਿਆਲਾ ਖੜ੍ਹੇ ਹਾਂ, ਜਿਹੜਾ ਨਵਾਂ ਬੱਸ ਅੱਡਾ ਇੱਥੇ, ਜਿੰਨੀਆਂ PRTC ਹੈ, ਪਨਬੱਸ ਹੈ, ਪੰਜਾਬ ਰੋਡਵੇਜ਼ ਹੈ, ਉਸ ਤੋਂ ਇਲਾਵਾ ਜਿੰਨੀਆਂ ਵੀ ਪ੍ਰਾਈਵੇਟ ਬੱਸਾਂ ਹੈਗੀਆਂ, ਪ੍ਰਾਈਵੇਟ ਟਰਾਂਸਪੋਰਟਰ ਨੇ, ਉਹਨਾਂ ਨੇ ਵੀ ਉਹਨਾਂ ਨੂੰ ਸਮਰਥਨ ਦਿੱਤਾ। ਅਤੇ ਇਸ ਤੋਂ ਇਲਾਵਾ ਹੋਰ ਜਿਹੜੀਆਂ ਟ੍ਰੇਡ ਯੂਨੀਅਨ ਆ ਉਹਨਾਂ ਦੇ ਵਿੱਚ C2 ਹੈ, ਜਾਂ ਉਹਨਾਂ ਦੇ ਵਿੱਚ ਇਸ ਤੋਂ ਇਲਾਵਾ ਆਂਗਨਵਾੜੀ ਯੂਨੀਅਨ ਹੈਗੀ ਹੈ, ਜਾਂ ਹੋਰ ਵੀ ਜਿਹੜੀਆਂ C2 ਦੀਆਂ ਜਾਂ ਜਿੰਨੀਆਂ ਇਹਦੀਆਂ ਟ੍ਰੇਡ ਯੂਨੀਅਨ ਦੇ ਵਿੱਚ ਅੰਡਰ ਆਉਂਦੀਆਂ ਨੇ, ਉਹਨਾਂ ਵੱਲੋਂ ਸਮਰਥਨ ਦਿੱਤਾ ਗਿਆ, ਜਾਂ ਕਈ ਮੁਲਾਜ਼ਮ ਜਥੇਬੰਦੀਆਂ ਹੈਗੀਆਂ ਟ੍ਰੇਡ ਯੂਨੀਅਨ ਸੰਬੰਧ, ਉਹਨਾਂ ਨੂੰ ਵੀ ਸਮਰਥਨ ਦਿੱਤਾ ਗਿਆ। ਸੋ ਕੁੱਲ ਮਿਲਾ ਕੇ ਜੇ ਆਪਾਂ ਲਾਇਆ ਜਾਵੇ ਤਾਂ ਇਹਨਾਂ ਦਾ ਜਿਹੜਾ ਬੰਦ ਹੈਗਾ, ਬੰਦ ਦਾ ਅਸਰ ਕਾਫੀ ਦੇਖਣ ਨੂੰ ਮਿਲ ਰਿਹਾ। ਪਰ ਦੂਜੇ ਪਾਸੇ ਜਿਹੜਾ ਬੱਸ ਅੱਡੇ ਬਾਅਦ ਜਾਂ ਬੱਸਾਂ ਤੋਂ ਇਲਾਵਾ ਜਿਹੜਾ ਸ਼ਹਿਰ ਦਾ ਏਰੀਆ, ਸ਼ਹਿਰੀ ਇਲਾਕੇ ਹੈਗੇ ਨੇ, ਉੱਥੇ ਬਾਜ਼ਾਰ ਖੁੱਲ੍ਹੇ ਨੇ,
क्योंकि इन्हों का ज़्यादा करके ग्रामीण भारत बंद का सदा दिता गया सीगा तां कि करके जिहड़ा पिंडां दे विच नाल लोक संबंधित ने किसान ने जां पिंडां नूं जिहड़ी आवाजाई है ते ओह उहनूं रोकिया जावे। सो इस तों इलावा जे आपां गल करिए कि जिहड़ी आवाजाई का जिहड़ा हैगा उहदे की असर पै रिहा, सो पहले इन्हां ने कहा सी वी जे कोई जरूरी काम जा रहा जां किसी का कोई ब्याह शादी है जां कोई होर है जे कोई किसी खुशी गमी दे विच जा रहा जां मान लो कोई एयरपोर्ट जा रहा किसी ने दिल्ली जाना किसी ने जरूरी काम लई जाना। सब तों वड्डी गल अमरजीत अज तो CBSE के पेपर शुरू हो रहे हैं, पेपर शुरू हो रहे खास तौर पर पंजाब स्कूल सिक्ख्या बोर्ड के पेपर चल रहे हैं, अज पेपर भी है, दसवीं का भी है, बारहवीं का भी है। उन्होंने बड़ी दिक्कत आऊगी बच्चों खास तौर पर क्योंकि सवेरे जी गल की जाए क्योंकि पहला भी ऑर्डर आ चुके सन कि बच्चों जल्दी जरा पेपर करने वास्ते भेजा जाए तो वो जाएंगे किमें, यह भी एक वाला सवाल है क्योंकि बसा भी बंद ने ट्रांसपोर्ट सारी जी बंद है किमें जरा जाया जाएगा उन्होंने। नहीं नहीं बच्चे पहुँच गए आ, देखो बच्चा जोड़ा है एक पेपर आदा एक पूरे साल का सवाल है, वो लाइफ का सवाल है, ठीक है। इस करके उन्हें अपनी एजुकेशन जी कंटिन्यू रखनी है, वो पैदल जाए साइकिल से जाए मोटरसाइकिल से जाए टैक्सी से जाए उन्हें पेपर देने जाना है, ठीक है। वो पहुँच गया अपने टाइम से पूरे पहुँच गया, पर ये एक होर मैं ये ऐड करना चाहना कि ये चीज़ों का जो ध्यान है सरकारों को रखना चाहिए कि जदों पूरा भारत बंद है तो एक दिन का पेपर कैंसल हो सकता सीगा, कोई वड्डी गल नहीं सरकारां लई। वैसे भी आपां ने कई बार कोई आपां इदां दी देखदे भी कोई इहदा कोई एमरजेंसी टाइम आउंदा तो पेपर जिहड़े अगे कर दिते जांदे ने पेपर ही कैंसल कर दिता जांदा। कई बार आपां कई जिवें हुण कई बार ज़्यादा गर्मी हुंदी है ज़्यादा सर्दी हुंदी है आपां 10-10 दिन दीआं 5-5 दिन छुट्टियां भी कर दिंदे आ, तो की सरकार एक दिन का पेपर कैंसल कर सकती सी? इस पेपर नूं कल भी लिया जा सकता सीगा जां एंड ते लिया जा सकता सीगा। आपां क्यों किसी की जान जोखम च पा रहे हैं? क्योंकि बच्चों ने पेपर देने लई जिहड़े सेंटर ने ना बोर्ड दे मान लो CBSE है जां सिख्या बोर्ड बच्चों बड़ी दिक्कत का सामना करना पाया, आ तो गए हुण उन्हें वापस भी जाना पिंडां तों शहरां दे विच आउणा, ठीक है। एक गरीब है मान लो हुण एक कोई अमीर है जां कोई मीडियम क्लास का एक बच्चा है उहदे कोले मोटरसाइकिल भी है गड्डी भी है वह आ जाएगा, पर जिहड़ा गरीब बच्चा वह किवें जाएगा किवें आएगा? जां तां अपने मापिआं नूं नाल लैके आएगा, उहदे मापे आ जिहड़े उह कोई दिहाड़ीदार होएगा उह अपनी दिहाड़ी छड्डेगा नाल आएगा। इस करके कुल मिला के जे आपां देखिआ जावे तां सरकार नूं क्योंकि इह बंद सद्दा पहलां दित्ता गिआ काफ़ी दिन तों और सरकार नूं भी पता सीगा कि पूरा भारत बंद है हर एक यूनियन ने उहनां नूं समर्थन देता, इस करके सरकार नूं चाहीदा सी कि जिहड़ा अज दा पेपर है उहनूं एक दिन लेट कर दिंदे जां एंड ते लिआ जावे, मतलब इह पेपर जिहड़ा कैंसल हो सकदा सीगा। बिल्कुल जिस तरह गल की जाए क्योंकि अब जरा पेपरों की गल की जाए पेपर भी ने तो उस तो भी जरा वा जरा सवाल नज़र आ रहा तुम देख सकते हो जड़े ने जिन्हों वालों जरा समर्थन दिता जा रहा तो अपने पद्धत जी रैली आ कड़ रहे हैं तुम असी लगातार जरा चढ़ती कला टाइम TV के माध्यम तस्वीर जी दिखाने की पूरी कोशिश कर रहे हैं क्योंकि पंजाब सेंटर सरकार के खिलाफ जी नारेबाजी वह की जा रही है तो लोगों जोड़ा जागरूक भी किया जा रहा जोड़े लोग ने वो किसानों का डट के साथ देन जो कि जीडिया किसानों दंगा ने वह मनिया जा सकन।